ਨਾ ਨੇ ਉਹਨਾਂ ਨੇ ਪਾਇਆ ਮੇਰਾ ਨਾਮ ਤੋਂ ਮਨ ਹੈ ਤੇ ਉਹ ਸਿਰਫ ਇਹ ਕਿ ਚਲੋ ਇੱਕ ਤਲਬਾਤ ਹੋਣਗੇ ਅਸੀਂ ਪਾਕਿਸਤਾਨ ਯਾਨੀ ਕਿ ਅਸਾਂ ਨਾ ਇਹ ਆਪਣਾ ਜਿਹੜਾ ਬੰਦਾ ਵੀ ਸਾਡੇ ਨਾਲ ਚੱਲ ਸੀ ਚਾਹੇ ਉਹ ਇੱਥੇ ਹੈ ਜਾਂ ਪਾਕਿਸਤਾਨ ਇਨਸ਼ਾਅੱਲਾ ਅਸੀਂ ਕਦੇ ਵੀ ਜਿਹੜੀ ਆ ਉਸ ਰਸਤੇ ਨਹੀਂ ਛੋੜਾਂਗੇ ਜਦ ਵੀ ਕੋਈ ਵੀ ਕੰਮ ਹੋਏਗਾ ਕੋਈ ਕਿਸੇ ਕਿਸਮ ਨਾਲ ਵੀ ਅਸੀਂ ਇਨਸ਼ਾਅੱਲਾ ਅੱਗੇ ਹੋਵਾਂਗੇ ਔਰ ਹਾਜ਼ਰ ਹੋਵਾਂਗੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਇੱਥੇ ਹੋਵੇ ਅਤੇ ਸਾਡਾ ਜਿਹੜਾ ਮੇਨ ਮਕਸਦ ਇਲੈਕਸ਼ਨ ਵਿੱਚ ਆਵਣਾ ਜਾਂ ਇਹ ਹਕੀਕਤ ਹੈ ਬੰਦੇ ਤਕਰੀਬਨ ਸਾਰੇ ਕਹਿੰਦੇ ਲੋਕ ਕਿ ਅਸੀਂ ਆ ਰਹੇ ਜੀ ਹਿੰਮਤ ਕਰਨ ਹਕੀਕਤ ਗੱਲ ਇਹ ਹੈ ਕਿ ਸਾਡਾ ਜਿਹੜਾ ਮਕਸਦ ਹੈ ਉਹ ਖਾਲਸੋ ਖਾਸ ਖਿਦਮਤ ਕਰਨਾ ਹੀ ਹੈ ਕਿ ਅਲਹਮਦੁਲਿਲਾ ਸਾਡਾ ਆਪਣਾ ਪਿੰਡ ਵਿੱਚ ਯਾਨੀ ਕਿ ਸਾਡੇ ਪਿੰਡ ਹੈ ਐਮ ਐਨ ਏ ਮਲਕ ਹਨੀਫ ਸਾਹਿਬ ਉਹ ਜਾਣਦੇ ਹੋ ਕਿ ਉਹ ਸਾਡੇ ਜਿਹੜੇ ਨੇ ਬਜ਼ੁਰਗ ਵੀ ਨੇ ਅਤੇ ਅਸੀਂ ਸਾਰੀ ਉਮਰ ਉਹਨਾਂ ਨੂੰ ਵੋਟ ਵੀ ਦਿੱਤੇ ਨੇ ਅਤੇ ਸਾਡੇ ਅੰਦਰ ਇੱਕ ਸੋਚ ਹੈ ਕਿ ਆਪਣੇ ਇਲਾਕੇ ਲਈ ਆਪਣੇ ਪਿੰਡ ਲਈ ਪਹਿਲੇ ਤਾਂ ਪਿੰਡ ਹੁੰਦਾ ਸਾਰੀ ਗੱਲ ਪਹਿਲੇ ਤੁਹਾਡਾ ਘਰ ਹੈ ਉਸ ਤੋਂ ਬਾਅਦ ਤੁਸੀਂ ਦੂਸਰੇ ਤਰਫ ਜਾਂਦੇ ਹੋ ਅਸੀਂ ਆਪਣੇ ਪਿੰਡ ਨਾਲ ਅਲਹਮਦੁਲਿਲਾ ਬੜਾ ਕੁਛ ਜਿਹੜਾ ਅਸੀਂ ਕੰਮ ਕਰਦੇ ਹਾਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਬੰਦੇ ਨਾਲ ਮੈਕਸੀਮਮ ਉਹਨਾਂ ਵੀ ਅਸੀਂ ਕਿਸੇ ਨੇ ਕੰਮ ਆ ਸਕੇ ਉਸਨੂੰ ਅਸੀਂ ਜ਼ਰੂਰ ਕਰੀਏ ਅਤੇ ਉਸ ਸਿਲਸਿਲੇ 'ਚ ਇੰਡੀਵਿਜੁਅਲ ਤੌਰ 'ਤੇ ਕਾਫੀ ਕੁਛ ਅਲਹਮਦੁਲਿਲਾ ਕੀਤਾ ਹੈ ਕੁਛ ਐਸੇ ਕੰਮ ਜਿਹੜੇ ਨਾ ਦੱਸ ਸਕਦੇ ਕਿ ਇੱਕ ਬੰਦੇ ਤੁਸੀਂ ਖਿਦਮਤ ਕਰਦੇ ਹੋ ਜਾਂ ਰਾਤ ਨੂੰ ਜਾਂ ਕੁਛ ਵੀ ਹੈ ਪਿੰਡ ਵਿੱਚ ਇਸ ਤਰ੍ਹਾਂ ਅੱਲਾ ਦਾ ਸ਼ੁਕਰ ਹੈ ਕਿ ਕੋਈ ਵੀ ਬੰਦਾ ਮਾੜਾ ਹੈ ਜਾਂ ਜਿਹੜਾ ਵੀ ਹੈ ਸਾਨੂੰ ਨਹੀਂ ਖਬਰ ਹੈ ਔਰ ਅਸੀਂ ਉਸ ਬੰਦੇ ਨੂੰ ਪੂਜਣੇ ਵੀ ਹਾਂ ਉਹਨਾਂ ਅਸੀਂ ਖਿਦਮਤ ਵੀ ਕਰਦੇ ਉਰੇ ਹੀ ਜਜ਼ਬਾ ਲੈ ਕੇ ਅਸੀਂ ਆਪਣੇ ਇਲਾਕੇ ਲਈ ਵੀ ਅਗਾਂਹ ਤੁਰਨਾ ਚਾਹੁੰਦੇ ਹਾਂ ਪਹਿਲੇ ਮੇਰਾ ਪ੍ਰੋਗਰਾਮ ਨਹੀਂ ਸੀ ਕਿ ਇਲੈਕਸ਼ਨ ਵਾਲੇ ਪਾਸੇ ਉਹ ਵੱਡੇ ਭਾਈ ਇਲੈਕਸ਼ਨ ਸਾਡੇ ਲੜ ਰਹੇ ਨੇ ਔਰ ਸਾਰਾ ਉਹਨਾਂ ਨੇ ਇਲੈਕਸ਼ਨ ਲੜਾਉਣਾ ਜਾਂ ਮਾਇੰਡ ਜਾਂ ਜੋ ਕੁਛ ਵੀ ਮੇਰਾ ਉਹਨਾਂ ਦੇ ਪਿੱਛੇ ਇਹ ਭਾਈ ਨੇ ਉੱਥੇ ਉਹਨਾਂ ਨੂੰ ਇਸ ਲਈ ਅੱਗੇ ਕੀਤਾ ਗਿਆ ਕਿ ਉਹਨਾਂ ਨੂੰ ਪਾਕਿਸਤਾਨ ਰਹਿਣਾ ਉਹ ਵੀ ਉਹਨੇ ਇੱਥੇ ਹੀ ਅਤੇ ਅਸੀਂ ਜਿਹੜਾ ਉਹ ਅਸਰਾਂ ਕੰਮ ਹੈ ਇਕਨੋਮਿਕ ਤੌਰ 'ਤੇ ਵੀ ਲਿਆ ਉਹਨਾਂ ਦੀ ਮਦਦ ਕਰਨਾ ਬਾਕੀ ਜਿਹੜਾ ਵਰਗ ਹੈ ਉਹ ਵੀ ਉੱਥੇ ਨਾਲ ਜਿਤਨਾ ਅਸੀਂ ਮੈਕਸੀਮਮ ਕਰ ਸਕੀਏ ਉਹ ਅਸੀਂ ਉਹਨਾਂ ਲਈ ਜਿਹੜਾ ਕਰਨਾ ਚਾਹੁੰਦੇ ਹਾਂ ਸਾਡਾ ਜਿਹੜਾ ਮਕਸਦ ਹੈ ਸਭ ਤੋਂ ਪਹਿਲੇ ਜਿਹੜਾ ਸਾਡੇ ਵਿਜ਼ਨ ਵਿੱਚ ਹੈ ਉਹ ਅਸੀਂ ਤਾਲੀਮ ਨੂੰ ਦੇਣਾ ਚਾਹੁੰਦੇ ਹਾਂ ਯਾਨੀ ਕਿ ਅਸੀਂ ਪ੍ਰੈਕਟੀਕਲੀ ਜਿਹੜਾ ਉਹ ਚੀਜ਼ ਦੱਸਣਾ ਚਾਹੁੰਦੇ ਹਾਂ ਇੱਕ ਤਾਲੀਮ ਹੈ ਸਿਹਤ ਹੈ ਔਰ ਤੀਸਰਾ ਜਿਹੜਾ ਨੇ ਵਿਜ਼ਨ 'ਚ ਯਾਨੀ ਕਿ ਮੇਨ ਜਿਹੜੇ ਸਭ ਤੋਂ ਪਹਿਲੇ ਜਿਹੜਾ ਸਾਡੇ ਇੱਧਰ ਦੋਸਤਾਂ ਵੀ ਆਏ ਉਹ ਆਪਣੇ ਮਜ਼ਦੂਰ ਬੰਦੇ ਜਿਹੜੇ ਖਾਸ ਕਰ ਉਹਨਾਂ ਨੂੰ ਜਿਹੜੇ ਉਹਨਾਂ ਨਾਲ ਹੱਕ ਔਰ ਚੌਥੀ ਜਿਹੜੀ ਚੀਜ਼ ਹੈ ਪ੍ਰੋਟੈਕਸ਼ਨ ਕਾਨੂੰਨੀ ਕਿਉਂਕਿ ਮੇਰਾ ਖਿਆਲ ਹੈ ਕਿ ਸਭ ਤੋਂ ਜ਼ਿਆਦਾ ਅਗਰ ਲਾਕਾਨੂੰਨੀਅਤ ਨਾਲ ਸਾਹਮਣਾ ਆਉਂਦਾ ਤਾਂ ਉਹ ਅਸਾਂ ਲੋਕਾਂ ਨੂੰ ਆਉਂਦਾ ਜਿਹੜੇ ਅਸੀਂ ਓਵਰਸੀਜ਼ ਆ ਜਿਹੜੇ ਅਸੀਂ ਬੰਦੇ ਬਾਹਰ ਆ ਕਿ ਅਸੀਂ ਜਦੋਂ ਵੀ ਤੁਸੀਂ ਜਾਣਾ ਹੈ ਸਾਡੀਆਂ ਹੀ ਲੋਕ ਜ਼ਮੀਨਾਂ ਹੀ ਛਿਕਣਗੇ ਸਾਨੂੰ ਹੀ ਲੋਕਾਂ ਤੇਲ ਦੇਣਾ ਹੈ ਸਾਡੇ ਹੀ ਬੱਚੇ ਵੀ ਅਗਵਾ ਹੋਣੇ ਸਾਡੇ ਹੀ ਯਾਨੀ ਕਿ ਨੁਕਸਾਨ ਜਿਸ ਵੀ ਕਰਨਾ ਹੈ ਸਾਡੇ 'ਤੇ ਹੀ ਕੇਸ ਵੀ ਆਉਣੇ ਨੇ ਉਹ ਸਾਰਾ ਓਵਰਸੀਜ਼ ਨੇ ਮੇਰਾ ਖਿਆਲ ਹੈ ਕਿ ਇੱਕ ਬੰਦਾ ਓਵਰਸੀਜ਼ ਹੋ ਕੇ ਉਹ ਜ਼ਿਆਦਾ ਬਿਹਤਰ ਆਪਣੇ ਬੰਦਿਆਂ ਲਈ ਓਵਰਸੀਜ਼ ਲਈ ਸੋਚ ਸਕਣਾ ਜਿਹੜਾ ਕਿਸੇ ਹੋਰ ਬੰਦੇ ਲਈ ਉਹ ਸਕਣਾ ਨਾ ਹੋਵੇ ਉਦੋਂ ਤੱਕ ਹੀ ਹੋਏਗਾ ਜਦੋਂ ਤੱਕ ਤੁਸੀਂ ਕਾਨੂੰਨ ਨਾਲ ਜਾਂ ਕੁਛ ਹੈ ਇੱਕ ਅੱਛਾ ਜਿਹੜਾ ਤੁਸੀਂ ਕਾਨੂੰਨ ਕਰਨੇ ਹੋ ਇੱਕ ਆਪਣੇ ਥਾਣੇ ਨੂੰ ਜਾਂ ਆਪਣੇ ਲੋਕਾਂ ਨੂੰ ਆਜ਼ਾਦ ਹੋ ਕੇ ਕੰਮ ਕਰਨ ਦਿਓਗੇ ਤਾਂ ਇਹ ਕੰਮ ਸਾਰੇ ਹੋਣਗੇ ਤਾਂ ਜੇ ਤੁਸੀਂ ਆਪੋ ਜਿਹੜਾ ਬੰਦਾ ਅਸੀਂ ਕਹੀਏ ਜੀ ਨਹੀਂ ਇਹ ਤਾਂ ਸਾਡੇ 10 ਵੋਟ ਹਨ ਅਤੇ ਅੰਦਰ 100 ਅਸੀਂ ਸਵਾਲੇ ਪਾਸ ਹੋ ਜਾਈਏ ਕਿ ਸਭ ਤੋਂ ਪਹਿਲੇ ਤਾਂ ਜਿਹੜੀ ਉਹ ਕਾਨੂੰਨ ਜ਼ਰੂਰੀ ਹੁੰਦਾ ਹੈ ਅੱਜ ਕੱਲ੍ਹ ਹੁੰਦੇ ਵੀ ਨਾ ਜਿਹੜੇ ਤਮੀਰ ਜਾਂ ਸਾਡੇ ਜਿਹੜੇ ਨੇ ਤਰੱਕਿਆਤੀ ਕੰਮ ਤਾਂ ਬਹੁਤ ਜ਼ਿਆਦਾ ਹੋ ਚੁੱਕੇ ਲੇਕਿਨ ਪ੍ਰੋਟੈਕਸ਼ਨ ਜਿਹੜੀ ਆ ਉਹ ਚੀਜ਼ ਨਹੀਂ ਰਹੀ ਜਿਹੜੀ ਪਹਿਲੇ ਪ੍ਰੋਟੈਕਸ਼ਨ ਰਹੀ ਸੀ ਵੀਅਰ ਵੀ ਸਾਡੀ ਸਟੱਡੀ ਹੈ ਸਾਡਾ ਐਮ ਐਨ ਏ ਸਾਹਿਬ ਸਾਡੇ ਕਮਨੀਫ ਸਾਹਿਬ ਸਾਡੇ ਪਿੰਡ ਦੇ ਔਰ ਯਕੀਨ ਕਰੋ ਕਿ ਸਾਡੇ ਪਿੰਡ 'ਚ ਬੱਚੀਆਂ ਦੀ 5 ਕਲਾਸਾਂ ਗੌਰਮੈਂਟ ਸਕੂਲ 5 ਕਲਾਸਾਂ ਵਿੱਚ ਉਹਨਾਂ ਉਸਨੂੰ ਅੱਜ ਤੱਕ ਮੈਟ੍ਰਿਕ ਨਹੀਂ ਕੀਤਾ ਮਿਡਲ ਨਹੀਂ ਕੀਤਾ ਹੁਣ 5 ਕਲਾਸਾਂ ਤੋਂ ਬਾਅਦ ਅਗਰ ਛੱਟੀ ਕਿਸੇ ਬੱਚੀ ਪੜ੍ਹਨਾ ਹੈ ਤਾਂ ਉਹ ਨਾਲ ਪਿੰਡ ਹੈ ਖਦਰਿਆਲਾ ਯਾਨੀ ਕਿ 2-3 ਪਿੰਡ ਛੋੜ ਕੇ ਖਦਰਿਆਲਾ ਤਕਰੀਬਨ 3 ਕਿਲੋਮੀਟਰ ਸਾਡੇ ਤੋਂ ਪੜ੍ਹਨਾ 2-3 ਕਿਲੋਮੀਟਰ ਉੱਥੇ ਜਾਣ ਲਈ ਪਹਿਲੇ ਤਾਂ ਲੋਕ ਜਾਂਦੇ ਸਨ ਕੋਈ ਸ਼ਾਇਦ ਕੋਈ ਇੱਕ ਅੱਧ ਬੰਦਾ ਜਾਂਦਾ ਹੋਵੇ ਲੇਕਿਨ ਇਸ ਵਕਤ ਸੁਰਤ ਹਾਲ ਇਹ ਹੈ ਕਿ ਬੰਦੇ ਉਹ ਰੋਡਾਂ ਵਸਣ ਲੱਗ ਪਈਆਂ ਨੇ ਲੜਕੇ ਉੱਥੇ ਖੜ੍ਹੇ ਹੁੰਦੇ ਨੇ ਕੋਈ ਵੀ ਬੰਦਾ ਆਪਣੇ ਬੱਚਿਆਂ ਨੂੰ ਉੱਧਰ ਭੇਜਣ ਵਾਸਤੇ ਰਾਜ਼ੀ ਨਹੀਂ ਕਿ ਅਸੀਂ ਦੂਸਰੇ ਪਿੰਡਾਂ ਜਾਈਏ ਅਤੇ ਕਹਿੰਦੇ ਉਸ ਨੂੰ ਬਿਹਤਰ ਇੱਜ਼ਤ ਪਹਿਲੇ ਹੈ ਜਿਹੜੀ ਤਾਲੀਮ ਜਿਹੜੀ ਉਹ ਬਾਅਦ 'ਚ ਹੈ ਤੁਸੀਂ ਜਿਹੜਾ ਉਸ ਤੋਂ ਬਾਅਦ ਐਂਡ ਹੋ ਜਾਣਾ ਸੀ ਉਹਨਾਂ ਨੂੰ ਅਸਾਂ ਦੇਖਿਆ ਕਿ ਜਦੋਂ ਅਸੀਂ 5 ਜਿਹੜੇ ਨੇ 5 ਕਲਾਸਾਂ ਤੋਂ ਬਾਅਦ ਉਹ ਸੱਚੇ ਸੀ ਕਿ ਮੇਰੀ ਆਪਣੀ ਸਿਸਟਰ ਸੀ ਜਦੋਂ ਉੱਥੇ ਗਈ ਮਿਡਲ ਕੀਤਾ ਅਸੀਂ ਨੇਨੇ ਲੈਥੇ ਆਏ ਅਸੀਂ ਇੱਕ ਜ਼ਹਿਨ 'ਚ ਆਈ ਕਿ ਅਗਰ ਸਾਨੂੰ ਮਿਡਲ ਤੋਂ ਅੱਗੋਂ ਪ੍ਰੋਬਲਮ ਹੈ ਕਿ ਅਸੀਂ 9th ਨੂੰ ਬੱਚੀ 'ਚ ਕਿੱਥੇ ਭੇਜੀਏ ਮੇਰੀ ਆਪਣੀ ਵਾਈਫ ਫਸਟ ਈਅਰ ਵਿੱਚ ਇੱਕ ਜਿਹੜਾ ਉਹ ਪ੍ਰਾਈਵੇਟ ਸਕੂਲ ਸੀ ਫਸਟ ਈਅਰ ਉੱਥੇ ਗਈ 3 ਪਿੰਡ ਛੋੜ ਕੇ ਉਹਨਾਂ ਫਸਟ ਈਅਰ ਕਲਾਸ ਬੰਦ ਕਰ ਦਿੱਤੀ ਉਹਨਾਂ ਸਾਲ ਜ਼ਾਇਆ ਹੋ ਗਿਆ ਦੂਸਰੇ ਪਿੰਡ ਗਈ ਦੂਸਰੀ ਅਕੈਡਮੀ ਖੁੱਲ੍ਹੀ ਉਹਨਾਂ ਨੂੰ ਬੰਦ ਕਰ ਦਿੱਤਾ ਯਾਨੀ ਕਿ ਜਿੱਥੇ ਉਹਨੂੰ ਗ੍ਰੈਜੂਏਸ਼ਨ ਕਰਨੀ ਚਾਹੀਦੀ ਸੀ ਉੱਥੋਂ ਐੱਫ ਏ ਕੀਤਾ ਉਹ ਵੀ ਪ੍ਰਾਈਵੇਟ ਯਾਨੀ ਕਿ ਕੋਈ ਵੀ
ਅਕੈਡਮੀ ਨੂੰ ਸਹੂਲਤ ਨਾ ਹੋਈ। ਅਸਾਂ ਨੂੰ ਪ੍ਰੋਗਰਾਮ ਸੀ ਕਿ ਅਸੀਂ ਕੋਈ ਆਪਣਾ ਕਮ ਅਜ਼ ਕਮ ਸੈਲਮਗੀਰ ਔਰ ਪੁਰਾਣ ਚਿਕਸਨ ਦਰਮਿਆਨ ਕੋਈ ਐਸਾ ਇੱਕ ਅਕੈਡਮੀ ਬਣ ਜਾਏ, ਇੱਕ ਆਪਣਾ ਇੱਕ ਕਾਲਜ ਬਣ ਜਾਏ ਜਾਂ ਯੂਨੀਵਰਸਿਟੀ ਬਣੇ ਤਾਂ ਕਿ ਆਪਣੇ ਇਲਾਕੇ ਨੂੰ ਫਾਇਦਾ ਹੋ ਜਾਏ। ਅਤੇ ਗੁਰਬਤ ਵੀ ਬਹੁਤ ਹੈ ਕਿ ਹਰ ਬੰਦਾ ਆਖੀਏ ਕਿ ਅਫੋਰਡ ਕਰਕੇ ਸ਼ਹਿਰ ਭੇਜਦੇ ਹੈ ਜਾਂ ਜ਼ਿਲ੍ਹਾ ਕੋਈ ਬੰਦਾ ਭੇਜਿਆ। ਪਹਿਲੀ ਗੱਲ ਹੈ ਕਿ ਮਾਹੌਲ ਦੀ ਵਜ੍ਹਾ ਤੋਂ ਨਹੀਂ ਲੋਕ ਦੂਰ ਭੇਜਣੇ, ਦੂਸਰਾ ਲੋਕਾਂ ਨੇ ਰਿਸੋਰਸਿਸ ਵੀ ਬਹੁਤ ਜ਼ਿਆਦਾ ਬੰਦਿਆਂ ਨੇ ਐਸੇ ਨਹੀਂ ਹੁੰਦੇ ਕਿ ਆਪਣੇ ਬੱਚਿਆਂ ਨੂੰ ਜਿਹੜੇ ਨੂੰ ਅੱਗੇ ਜਿਹੜੇ ਨੂੰ ਬਾਹਰ ਭੇਜਣ। ਉਸ ਵਿੱਚ ਵੀ ਜਿਹੜੀ ਹੈ ਮੈਂ ਮਲਿਕ ਸਾਹਿਬ ਨੂੰ ਤਕਰੀਬਨ 7 ਸਾਲ ਪਹਿਲੇ ਗਿਆ ਸੀ ਕਿ ਮੈਂ ਇੱਕ ਕਾਲਜ ਬਣਾਉਣਾ ਚਾਹੁੰਦਾ ਇੱਥੇ, ਅਗਰ ਤੁਸੀਂ ਗੌਰਮੈਂਟ ਦੀ ਤਰਫੋਂ ਉਹਨੂੰ ਰਜਿਸਟਰਡ ਕਰਾ ਲਓ ਤਾਂ ਮੇਰਾ ਕੋਈ ਇਤਰਾਜ਼ ਨਹੀਂ ਹੈ, ਮੈਂ ਤੁਹਾਨੂੰ ਜਗ੍ਹਾ ਵੀ ਦਿੰਦਾ, ਬਿਲਡਿੰਗ ਵੀ ਦਿੰਦਾ, ਕਰਾ ਲਓ। ਜਾਂ ਉਸ ਤਰ੍ਹਾਂ ਦੂਸਰਾ ਆਪਸ਼ਨ ਇਹ ਹੁੰਦਾ ਜਿਹੜਾ ਗੌਰਮੈਂਟ ਫੰਡ ਦਿੰਦੇ ਕਿ ਤੁਸੀਂ 20% ਦਿਓ, ਬਾਕੀ ਜਿਹੜਾ 80% ਗੌਰਮੈਂਟ ਦਿੰਦੀ ਹੈ ਕਿ ਜਿਤਨਾ ਖਰਚਾ ਆਏਗਾ 20% ਤੁਸੀਂ ਮੇਰੇ ਕੋਲ ਲੈ ਲਓ, ਬਾਕੀ 80% ਲਗਾ ਕੇ ਸਾਡੇ ਇੱਥੇ ਜਿਹੜਾ ਨਾ ਨਹਿਰ ਉੱਤੇ ਹੋ ਜਾਏ। ਯਾਨੀ ਕਿ ਸਾਡਾ ਆਪਸ਼ਨ ਸੀ ਕਿ ਇਹਨਾਂ ਨੇ ਸੈਂਟਰ 'ਚ ਕਿਧਰੇ ਵੀ ਹੋ ਜਾਏ, ਚਾਹੇ ਉਹ ਗੁੜੇ ਦੇ ਸਾਹਮਣੇ ਹੋ ਜਾਏ ਜਾਂ ਭੁਆਂਜ ਤੱਕ ਜਿਹੜਾ ਹੈ, ਯਾਨੀ ਕਿ ਸਾਡੇ ਉਹ ਪਿੰਡ ਐਸੇ ਨੇ ਕਿ ਇਹਨਾਂ ਨੇ ਸੈਂਟਰ 'ਚ ਹੋ ਜਾਏ, ਨਹਿਰ 'ਤੇ ਹੀ ਹੋ ਜਾਏ ਤਾਂ ਕਿ ਬਾਕੀ ਜਿਤਨੇ ਵੀ ਲਾਇਨ ਆਏ ਸਾਨੂੰ ਉਹਨਾਂ ਨੂੰ ਫਾਇਦਾ ਹੋ ਜਾਏਗਾ। ਇਹਨਾਂ ਕਿਹਾ ਕਿ ਅਸਾਂ ਦਾ ਪ੍ਰੋਗਰਾਮ ਹੈ, ਮਲਕ ਨੇ ਜਿਹੜਾ ਡੇਰਾ ਆਪਣਾ ਨਹਿਰ ਹੈ ਉੱਤੇ ਜਿਹੜਾ ਡੇਰਾ ਨੇ, ਉਹਨਾਂ ਕਿਹਾ ਕਿ ਇਹ ਜਿਹੜੀ ਜ਼ਮੀਨ ਹੈ ਇਹ ਅਸਾਂ ਰੱਖੀ ਹੈ, ਸਾਡਾ ਪ੍ਰੋਗਰਾਮ ਹੈ ਕਿ ਅਸੀਂ ਇੱਥੇ ਜਿਹੜਾ ਕਾਲਜ ਬਣਵਾਵਾਂਗੇ। ਉਸ ਤੋਂ ਬਾਅਦ ਮੈਂ ਉਹਨਾਂ ਨਾਲ ਹਸਪਤਾਲ ਦੀ ਗੱਲ ਕੀਤੀ, ਮੈਂ ਕਿਹਾ ਕਿ ਹਸਪਤਾਲ ਵੀ ਚਾਹੀਦਾ, ਉਹਨਾਂ ਕਿਹਾ ਕਿ ਇੱਥੇ ਦੋਨੋਂ ਚੀਜ਼ਾਂ ਸਾਡਾ ਪ੍ਰੋਜੈਕਟ ਹੈ, ਮਲਕ ਜ਼ਮੀਨ ਦਾ ਪ੍ਰੋਜੈਕਟ ਹੈ, ਅਸੀਂ ਕਰਾਂਗੇ। ਗੁਜ਼ਰ ਗਿਆ ਟਾਈਮ, ਗੁਜ਼ਰਨਾ ਗਿਆ, ਮੈਂ ਉਹਨਾਂ ਨਾਲ ਫਿਰ ਗੱਲ ਕੀਤੀ, ਮੈਂ ਆਖਿਆ 6-7 ਸਾਲ ਪਹਿਲੇ, ਉਹਨਾਂ ਆਖਿਆ ਜੀ ਕਰਨੇ ਆ ਪੇ, ਫਿਰ ਦੁਬਾਰਾ ਕੀਤੀ 5 ਸਾਲ ਪਹਿਲੇ ਜਿਹੜਾ, ਫਿਰ ਜਦੋਂ ਸਾਨੂੰ ਇਹ ਸੁਰਤ ਹਾਲ ਹੋ ਗਈ ਸਾਡੀ, ਹੁਣ ਜਿਹੜੀ ਸਿਸਟਰ ਸੀ ਉਸ 9th ਵੀ ਜਾਣਾ ਸੀ, ਅਤੇ ਅਸੀਂ ਕਿਹਾ ਕਿ ਅਤੇ ਕੋਈ ਨਹੀਂ ਕੰਮ ਬਹੁਤ ਲੰਬਾ ਹੋ ਰਿਹਾ, ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਹਨ ਕਿ ਨਹੀਂ ਜਿਹੜਾ ਜੇ ਦੇਖ ਰਹੇ ਹਾਂ ਕਰ ਰਹੇ ਹਾਂ। ਅਸੀਂ ਫਿਰ ਇੱਕ ਜਗ੍ਹਾ ਲੈ ਕੇ ਉੱਥੇ ਪ੍ਰਾਈਵੇਟ ਅਕੈਡਮੀ ਬਣਾਈ ਜਿੱਥੇ ਅਸਾਂ 12 ਜਮਾਤਾਂ ਕੀਤੀਆਂ। ਉਸ ਅਕੈਡਮੀ ਵਿੱਚ ਅਸੀਂ ਟੋਟਲ ਜਿਹੜੀ ਹੈ ਫਰੀ ਫੀਸ, ਕੋਈ ਫੀਸ ਨਹੀਂ ਹੈ ਬੰਦੇ ਦੀ, ਕਿਤਾਬਾਂ ਜੁੱਤੀਆਂ ਅਸਾਂ ਬੱਚੀਆਂ ਲਈ ਸਪੈਸ਼ਲ ਜਿਹੜੀ ਹੈ ਉਹ ਟੋਟਲ ਅਸਾਂ ਜਿਹੜਾ ਉਸ ਨੂੰ ਬੱਚੇ ਯਾਨੀ ਕਿ 5ਵੀਂ ਤੱਕ ਨਾਲ ਉਹਨਾਂ ਨੂੰ ਵੀ ਫਰੀ ਹੈ, ਜਿਹੜਾ ਵੀ ਕੋਈ ਗਰੀਬ ਬੰਦਾ ਹੈ ਉਸ ਤੋਂ ਬਾਅਦ ਜਿਹੜਾ ਕੋਈ ਬੰਦਾ ਅਗਰ ਹੋਏਗਾ ਉਸ ਨੂੰ ਵੀ ਅਸੀਂ ਯਾਨੀ ਕਿ ਹਰ ਚੀਜ਼ ਜਿਹੜੀ ਫਰੀ ਦਿੱਤੀ ਹੈ। 5 ਸਾਲ 'ਚ ਸਾਡਾ ਰਿਜ਼ਲਟ ਇਹ ਨਿਕਲਿਆ ਕਿ 5 ਸਾਲ ਪਹਿਲੇ ਨਾਲ ਅਸਾਂ ਰਿਕਾਰਡ ਕੱਢਿਆ ਸੀ ਅਤੇ 7 ਬੱਚੀਆਂ ਨਾਲ ਮੈਟ੍ਰਿਕ ਹੋਇਆ ਸੀ 5 ਸਾਲ ਪਹਿਲੇ, ਔਰ ਸਾਡੀ ਅਕੈਡਮੀ ਜਿਹੜੀ ਹੈ 5 ਸਾਲ ਹੁਣ ਇਹਨਾਂ ਨੂੰ 65 ਬੱਚੀਆਂ ਮੈਟ੍ਰਿਕ ਕੀਤਾ, ਯਾਨੀ ਕਿ 60 ਬੱਚੀਆਂ ਨਾਲ ਜਿਹੜੇ ਨੇ ਉਹ ਐਕਸਟਰਾ ਮੈਟ੍ਰਿਕ ਹੋਣ, ਸਿਰਫ ਰਿਸੋਰਸਿਸ ਨਹੀਂ ਸਰ ਲੋਕਾਂ ਨੇ ਜਾਂ ਭੇਜ ਨਹੀਂ ਸਕਣੇ, ਔਰ ਉਸ 60 ਨੂੰ ਵੀ ਤੁਸੀਂ ਰਿਜ਼ਲਟ ਦੇਖ ਲਓ ਕਿ ਮੈਂ ਹੁਣ ਮੇਰੀ ਆਦਤ ਹੈ ਮੈਂ ਜਦੋਂ ਵੀ ਜਾਣਾ 3-4 ਬੰਦੇ ਨੇ ਘਰ ਜ਼ਰੂਰ ਜਾਣਾ, ਉੱਥੇ ਮੈਂ ਦੇਖਿਆ ਕਿ ਕਿਤਨੀਆਂ ਬੱਚੀਆਂ ਆਪਣੇ ਜਿਹੜੇ ਭਾਈ ਨੇ ਜਾਂ ਛੋਟੇ ਜਾਂ ਮੁਹੱਲੇ ਨੇ ਬੱਚੇ ਨੂੰ ਉਹਨਾਂ ਨੂੰ ਉਹ ਟਿਊਸ਼ਨ ਪੜ੍ਹਾਉਣ ਲੱਗੀਆਂ ਹੁੰਦੀਆਂ, ਯਾਨੀ ਕਿ ਅਗਰ ਬੱਚੀਆਂ ਪੜ੍ਹਨਗੀਆਂ ਤਾਂ ਸਾਡਾ ਮੁਆਸ਼ਰਾ ਬਦਲੇਗਾ। ਅਤੇ ਉਸ ਲਈ ਉਹਨਾਂ ਉਸ ਲਈ ਕੁਛ ਨਾ ਕੀਤਾ, ਗੌਰਮੈਂਟ ਸਕੂਲ 2 ਟੀਚਰਾਂ 5 ਕਲਾਸਾਂ 7 ਸਾਲ ਹੋ ਗਏ ਨੇ ਉੱਥੇ, 2 ਟੀਚਰਾਂ ਮੈਂ ਆਪਣੇ ਕੋਲ ਰੱਖੀਆਂ ਜਿਹਨਾਂ ਨੂੰ ਫੰਡ ਯਾਨੀ ਜਿਹਨਾਂ ਨੇ ਫੀਸ ਮੈਂ ਖੁਦ ਦੇਣਾ, ਔਰ ਉੱਥੇ ਅਸਾਂ ਰੱਖਿਆ। ਹੁਣ ਅਸੀਂ ਜਿਹੜੀ ਇੱਕ ਐਂਬੂਲੈਂਸ ਚਲਾਈ ਹੈ ਫਰੀ ਆਪਣੇ ਇਲਾਕੇ ਆਪਣੇ ਜਿਹੜੇ ਸਾਡੀ ਲਾਇਨ ਹੈ ਸਲਾਇਲਮ ਦਾ, ਉਸ 'ਤੇ ਅਸਾਂ ਜਿਹੜਾ ਹੈ ਉਹ ਐਂਬੂਲੈਂਸ ਫਰੀ ਚਲਾਈ ਹੈ, ਬੱਸ ਅਸਾਂ ਚਲਾਈ ਹੈ 6-8 ਮਹੀਨੇ ਹੋ ਗਏ ਮਜ਼ਦੂਰਾਂ ਵਾਸਤੇ, ਫਰੀ ਬੱਸ ਅਸਾਂ ਚਲਾਈ ਹੈ ਜਿਹੜੀ ਸੁਬਾਹ ਮਜ਼ਦੂਰਾਂ ਨੂੰ ਲੈ ਕੇ ਜਾਂਦੀ ਹੈ ਸਲਾਇਲਮਗੀਰ ਔਰ ਸ਼ਾਮ ਨੂੰ ਲੈ ਕੇ ਆਉਂਦੀ ਹੈ ਵਾਪਸ। ਅਤੇ ਸਾਡਾ ਜਿਹੜਾ ਮਕਸਦ ਹੈ ਕਿ ਅਗਰ ਅਸੀਂ ਚਲੋ ਮੈਂ ਦੋਸਤਾਂ ਨੂੰ ਕਹਿੰਦਾ ਸੀ ਕਿ ਜਿਹੜਾ ਅਸੀਂ ਕੰਮ ਖੁਦ ਹੀ ਕਰ ਰਹੇ ਹਾਂ ਤਾਂ ਸਾਨੂੰ ਕਿਹੜੀ ਜ਼ਰੂਰਤ ਇਲੈਕਸ਼ਨ 'ਚ ਆਉਣ ਦੀ, ਜਿਹੜਾ ਅੱਗੇ ਪਿੱਛੇ ਭਾਈ ਮਤਿਆਰ ਦੇ ਵੱਡੇ ਭਾਈ ਨੇ ਸਾਡੇ ਨੇ ਵੀ ਬੜਾ ਮਨਾ ਕੀਤਾ ਵੀ ਇਹ ਕੰਮ ਬੜਾ ਔਖਾ ਹੈ, ਤੁਸੀਂ ਇਸ ਪਾਸੇ ਨਾ ਆਵੋ, ਇਹ ਕੰਮ ਰਹਿਣ ਦਿਓ। ਅਤੇ ਹੋਰ ਮੇਰੇ ਕੁਛ ਦੋਸਤ ਹਨ ਪਾਕਿਸਤਾਨ ਵੀ ਉਹ ਕਹਿਣ ਲਏ ਯਾਰ ਅਗਰ ਤੁਸੀਂ ਨੋ ਅਸੀਂ ਆਉਣੇ ਤਾਂ ਅਸੀਂ ਕਿਉਂ ਕੁਰਬਾਨੀ ਨਾਲ ਵੱਖਰਾ ਬਣੀਆਂ ਜੀ, ਜਿਹੜੇ ਨੇ ਬੰਦੇ ਉੱਥੇ ਹੈ ਨਾ ਅਸੀਂ ਸਪੋਰਟ ਕਰਦੇ ਹਾਂ ਤੁਸੀਂ ਬੰਦੇ ਆਓ, ਲੇਕਿਨ ਅਸਾਂ ਦੇਖਿਆ ਕਿ ਕੋਈ ਵੀ ਬੰਦਾ ਅੱਗੇ ਆਉਣ ਲਈ ਅਸੀਂ ਬਲਕਿ ਬਾਕਾਇਦਾ ਆਪਣੇ ਇਲਾਕੇ 'ਚ ਵੀ ਆਪਣੇ ਪਿੰਡ ਵਿੱਚ ਵੀ ਸਭ ਤੋਂ ਪਹਿਲੇ ਇਕੱਠ ਕੀਤਾ ਜਦੋਂ, ਉਹਦੀ ਵੀ ਇਹ ਗੱਲ ਕਹੀ ਹੈ ਕਿ ਅਗਰ ਕੋਈ ਬੰਦਾ ਆਉਣਾ ਚਾਹੇ ਤਾਂ ਅਸੀਂ ਉਹਨੂੰ ਸਪੋਰਟ ਕਰਦੇ ਹਾਂ, ਯਾਨੀ ਕਿ ਅਸੀਂ ਆਪਣਾ ਅਲਹਮਦੁਲਿਲਾ ਸਾਡਾ ਆਪਣਾ ਇੱਕ ਨਾਂ ਹੈ ਪਹਿਚਾਣ ਹੈ ਬਹੁਤ ਜ਼ਿਆਦਾ ਸਾਰਾ ਕੁਛ ਹੈ, ਅਸੀਂ ਅਗਰ ਕੋਈ ਵੀ ਬੰਦਾ ਸਾਡੇ ਪਿੰਡ ਚੁੱਕਾ ਹੋਇਆ ਜੀ ਜਾਂ ਕੋਈ ਵੀ ਬੰਦਾ ਆਪਣੇ ਹਲਕੇ ਸਾਡੇ ਵੀ ਕਰਦੇ ਮੈਂ ਇਲੈਕਸ਼ਨ ਆਉਣਾ ਮੇਰੇ ਗੈਟਸ ਹੈ ਤਾਂ ਅਸੀਂ ਉਹਨੂੰ ਸਪੋਰਟ ਕਰ ਸਾਂ, ਫਾਈਨੈਂਸ਼ੀਅਲ ਸਪੋਰਟ ਕਰਾਂਗੇ, ਅਸੀਂ ਉਸ ਨਾਲ ਚੱਲਾਂਗੇ, ਲੇਕਿਨ ਉਹਨਾਂ ਵਿਜ਼ਨ ਇੱਕ ਸਾਫ਼ ਹੋਣਾ ਚਾਹੀਦਾ, ਯਾਨੀ ਕਿ ਅਸੀਂ ਇਸ ਚਾਹਾਂ ਕਿ ਜਿਹੜੀ ਹੈ ਜਿਹੜਾ ਸਿਸਟਮ ਹੈ ਇਸ ਸਿਸਟਮ ਤੋਂ ਕਮ ਅਜ਼ ਕਮ ਚੇਂਜਿੰਗ ਹੋਣੀ ਚਾਹੀਦੀ ਹੈ। ਅਤੇ ਉਸ ਵਿੱਚ ਸਾਡਾ ਪੂਰਾ ਇਹ ਹੈ ਕਿ ਚਲੋ ਕਮ ਅਜ਼ ਕਮ ਅਸੀਂ ਅਗਰ ਆਪਣੇ ਪਿੰਡ ਤੋਂ ਸਟਾਰਟ ਹੋਏ ਹਾਂ, ਫਿਰ ਉਸ ਤੋਂ ਬਾਅਦ ਜਿਤਨੀਆਂ ਅਕੈਡਮੀਆਂ ਪ੍ਰਾਈਵੇਟ ਸਾਡੇ ਉੱਧਰ ਹਲਕੇ 'ਚ ਹਨ, ਯਾਨੀ ਕਿ ਸਾਡੀ ਯੂਨੀਅਨ ਕੌਂਸਲ ਜ਼ਰਾ ਸਟਾਰਟ ਅਸਾਂ ਕੀਤਾ ਛੋਟੇ ਲੈਵਲ ਤੋਂ, ਆਸਤਾ ਆਸਤਾ ਉਹਨੂੰ ਖਿਲਾ ਰਹੇ ਹਾਂ, ਸਾਡੀ ਆਪਣੀ ਖੁਆਰੀ ਯੂਨੀਅਨ ਕੌਂਸਲ 'ਚ ਜਾਂ ਜਿਹੜੀ ਨਾਲ ਸਿਵਲੀ ਯੂਨੀਅਨ ਕੌਂਸਲ ਹੈ ਸਾਰੇ ਅਮੀਰ ਤੱਕ, ਉੱਥੇ ਜਿਤਨੀਆਂ ਅਕੈਡਮੀਆਂ ਹਨ ਹਰ ਅਕੈਡਮੀ ਨੂੰ ਅਸੀਂ ਫੰਡ ਦਿੰਦੇ ਹਾਂ, ਯਾਨੀ ਕਿ ਉੱਥੇ ਜਿਤਨੇ ਵੀ ਗਰੀਬ ਬੱਚੇ ਜੋ ਵੀ ਹੈ ਕਿਤਾਬਾਂ ਜੁੱਤੀਆਂ ਉਹਨਾਂ ਨੂੰ ਤੁਸੀਂ ਦਿਓ,
2 ਲੱਖ ਰੁਪਿਆ ਅਸੀਂ ਜਿਹੜਾ ਨਾ ਉਹ ਪਰ ਬੰਦੇ ਨੂੰ ਜਿਹੜਾ ਅਸੀਂ ਦਿੰਦੇ ਆ ਕਿ ਉਹ ਕੁਝ ਸਾਡੀ ਵਜ੍ਹਾ ਤੋਂ ਫਰਕ ਪੈ ਸਕਿਆ ਦੱਸੋ ਆਪਣੀ ਕਿਸਮਤ ਜਿਹੜੀ ਹੈ ਕਰਨੀ ਹੈ ਉਹ ਕੋਸ਼ਿਸ਼ ਕਰਨੀ ਹੈ ਔਰ ਸਾਡਾ ਇਹ ਪ੍ਰੋਗਰਾਮ ਹੈ ਕਿ ਇਨਸ਼ਾਅੱਲਾ ਅਸੀਂ ਤਾਲੀਮ ਹੋਈ ਸਿਹਤ ਵੀ ਯਾਨੀ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬਿਹਤਰ ਕਰਾਂਗੇ ਅਤੇ ਬਾਕੀ ਜਿਹੜੀ ਹੈ ਇੱਕ ਚੀਜ਼ ਹੁੰਦੀ ਹੈ ਕਿ ਇੱਕ ਚੀਜ਼ ਉਹਨੇ ਬੰਦਾ ਬਣ ਜਾਂਦਾ ਇੱਕ ਚੀਜ਼ ਉਹਨੇ ਨਾ ਯਾਨੀ ਕਿ ਬੰਦਾ ਅਗਰ ਰਹਿ ਵੀ ਜਾਂਦਾ ਬੰਦਾ ਕਰਨਾ ਜੀ ਚਲੋ ਜੀ ਇਲੈਕਸ਼ਨ ਹੈ ਉਹ ਅਸੀਂ ਉਹਨਾਂ ਲੋਕਾਂ 'ਚੋਂ ਨਹੀਂ ਕਿਉਂਕਿ ਅਸੀਂ ਸੀਰੀਅਸ ਹੋ ਕੇ ਇਸੇ 'ਚ ਆਏ ਹਾਂ ਕਿ ਅਗਰ ਉਤਾਰ ਨਾ ਖਾਸਤਾ ਜ਼ਰੂਰੀ ਨਹੀਂ ਹੋਣਾ ਕਿਉਂਕਿ ਇਲੈਕਸ਼ਨ ਤੁਹਾਨੂੰ ਹਮੇਸ਼ਾ ਕਾਮਯਾਬੀ ਹੀ ਹੋ ਗਏ ਤੁਸੀਂ ਨੂੰ ਹੋਣੇ ਕਮ ਅਜ਼ ਕਮ ਜਿਹੜੇ ਬੰਦੇ ਸਾਡੇ ਨਾਲ ਚੱਲ ਰਹੇ ਨੇ ਉਹਨਾਂ ਬੰਦਿਆਂ ਨਾਲ ਅਸੀਂ ਇਨਸ਼ਾਅੱਲਾ ਪੂਰਾ ਖਿਆਲ ਵੀ ਕਰਾਂਗੇ ਜਿੱਥੇ ਤੱਕ ਵੀ ਅਸਾਂ ਵੀ ਹੋ ਸਕਿਆ ਫਰਕ ਕਰੋ ਗੱਲ ਤੁਹਾਡੇ ਹਲਕੇ 'ਚ ਕੋਈ ਬੰਦਾ ਤੁਸੀਂ ਕਹਿੰਦੇ ਜੀ ਇੱਥੇ ਸਾਡਾ ਸਾਡੇ ਇਸ ਅਕੈਡਮੀ ਨੂੰ ਮਸਲਾ ਹੈ ਜਾਂ ਸਕੂਲ ਨਹੀਂ ਹੈ ਜਾਂ ਕੁਛ ਵੀ ਹੈ ਨਹੀਂ ਕਿ ਅਸੀਂ ਆਪਣੇ ਇੰਡੀਵਿਜੁਅਲ ਤੌਰ ਤੇ ਵੀ ਅਸੀਂ ਪੂਰੀ ਸਪੋਰਟ ਕਰਾਂਗੇ ਗਵਰਨਮੈਂਟ ਨੂੰ ਅਗਰ ਫਰਕ ਕਰੋ ਅਸੀਂ ਫੰਡ ਦੇਣੇ ਆ ਕੁਝ ਪਰਸੈਂਟ ਬਾਕੀ ਗਵਰਨਮੈਂਟ ਦੇਗੀ ਸਾਰਾ ਕੁਝ ਹੈ ਲੇਕਿਨ ਇਹ ਕਿ ਅਗਰ ਬੰਦਾ ਖੁਦ ਇਸ ਲਾਈਨ ਅੱਗੇ ਆ ਜਾਂਦਾ ਤਾਂ ਗਵਰਨਮੈਂਟ ਕੋਲੋਂ ਲੈਣਾ ਹੋ ਰਿਜੀ ਹੋ ਜਾਂਦਾ ਬਜਾਏ ਇਸ ਨੇ ਕਿ ਤੁਸੀਂ ਉਹਨੂੰ ਫੇਰ ਕੇ ਗਵਰਨਮੈਂਟ ਨੇ ਬੰਦਿਆਂ ਨਾਲ ਲੈ ਬਾਕੀ ਅਲਹਮਦੁਲਿਲਾ ਆਪਣੇ ਉੱਪਰ ਬਿਊਰੋਕਰੇਸੀ ਦੇ ਵਿੱਚ ਬਹੁਤ ਜ਼ਿਆਦਾ ਲਿੰਕਸ ਹਨ ਚਾਹੇ ਉਹ ਡੀਸੀ ਲੈਵਲ ਤੱਕ ਹਨ ਚਾਹੇ ਜਿੱਥੇ ਤੱਕ ਵੀ ਨੇ ਉੱਪਰ ਲੈਵਲ ਸਾਹ ਹਰ ਬੰਦੇ ਨਾਲ ਰਾਬਤਾ ਦਾ ਹੈ ਕੰਮ ਕਰਾਉਣ ਨਾਲ ਜਾਂ ਕੁਛ ਵੀ ਹੋਵੇ ਤਾਂ ਅਸੀਂ ਇਨਸ਼ਾਅੱਲਾ ਆਪਣੇ ਜਿਹੜਾ ਵੀ ਬੰਦਾ ਸਾਡੇ ਨਾਲ ਹੋਣਗੇ ਪੂਰੀ ਅਸੀਂ ਸਪੋਰਟ ਕਰਾਂਗੇ ਇਹ ਨਹੀਂ ਕਿ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਲੜ ਕੇ ਦੇ ਬਾਅਦ ਮਤਾ ਇਨਸ਼ਾਅੱਲਾ ਸਾਰਾ ਡੇਰਾ ਉੱਥੇ ਰਹੇਗਾ ਹਾਂਜੀ ਯਾਨੀ ਕਿ ਸਾਡਾ ਪੂਰਾ ਇਹ ਪ੍ਰੋਗਰਾਮ ਹੈ ਕਿ ਅਸੀਂ ਇਨਸ਼ਾਅੱਲਾ ਆਪਣੇ ਪੂਰੇ ਹਲਕੇ ਆਪਣਾ ਜਿਹੜੇ ਨੂੰ ਕੋਸ਼ਿਸ਼ ਕਰਾਂਗੇ ਜਿਤਨੀ ਵੀ ਬਿਹਤਰੀ ਅਸੀਂ